170 ਦੇ ਵਿੱਚੋਂ 70 ਨਾਗ ਮਰ ਗਏ ਤਾਂ ਮਤਲਬ ਵੀ ਬਿਨਾਂ ਨੌਲੇਜ ਤੋਂ ਜਦੋਂ ਤੁਸੀਂ ਕੰਮ ਕਰੋਗੇ ਤਾਂ ਪ੍ਰੋਬਲਮ ਆਊਗੀ। ਤੁਸੀਂ ਟ੍ਰੇਨਿੰਗ ਲਏ ਤੋਂ ਬਿਨਾਂ ਕੰਮ ਨਾ ਕਰੋ, ਟ੍ਰੇਨਿੰਗ ਸਿੱਖੋ। ਬਹੁਤ ਸਾਰੇ ਫਾਰਮਾਂ ਦੇ ਕੋਈ ਕੁੱਖ ਨਹੀਂ ਕੱਢਦੀ, ਕੋਈ ਚਿਚੜੀਆਂ ਲੱਗ ਗਈਆਂ, ਕੋਈ ਬੱਚੇ ਡੇਢ ਗਈ, ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਬੱਕਰੀ ਪਾਲਣ ਵਿੱਚ। ਜਦੋਂ ਤੁਸੀਂ ਸਿੱਖ ਕੇ ਕਰੋਗੇ ਮੈਡੀਕਲ ਲੈਣ ਅਤੇ ਮੈਨੇਜਮੈਂਟ, ਤਾਂ ਉਦੋਂ ਤੁਸੀਂ ਆਪਣੇ ਆਪ ਹੀ ਆਸਾਨੀ ਨਾਲ ਤੁਹਾਨੂੰ ਬੜਾ ਸੌਖਾ ਲੱਗੂ। ਇਸ ਤਰ੍ਹਾਂ ਦਾ ਸਿਸਟਮ ਦੱਸਾਂਗੇ ਵੀ ਇੱਕ ਘੰਟਾ ਸਵੇਰੇ ਕੰਮ, ਇੱਕ ਘੰਟਾ ਸ਼ਾਮ। ਠੀਕ ਹੈ ਜੀ, ਪਾਰਟ ਟਾਈਮ ਦੇ ਵਿੱਚ ਵੀ ਬੰਦਾ ਕਰ ਸਕਦਾ ਤੁਸੀਂ ਬੱਕਰੀ ਪਾਲਣ ਕਰੋ। 120 ਦੀ ਇੱਕ ਬੱਕਰੀ, ਮੇਮਨਾ ਵੇਚਣਾ 50 ਦਾ 60 ਦਾ, ਨੌਲ ਚ ਲਏ ਬਿਨਾ ਤੂੰ ਫਾਰਮ ਖੋਲੀ ਫੇਲ ਹੋ ਜਾਏਗਾ। ਟੀਕਾਕਰਨ ਬੱਕਰੀ ਦੇ ਵਿੱਚ ਆ ਗਿਆ ਤਾਂ ਬੱਕਰੀ ਦਾ ਧੰਦਾ ਫੇਲ ਹੈ, ਫੇਲ ਹੋ ਜੂ, ਫੇਲ ਹੋ ਜੂ। ਅੱਜ ਬਰੀਡਰਾਂ ਨੂੰ ਵੇਚ ਕੇ, ਬਰੀਡਰ ਦੇ ਬੱਚਿਆਂ ਨੂੰ ਵੇਚ ਕੇ ਕਿੰਨੇ ਬੱਕਰੀ ਪਾਲਕ ਆ ਜਿਹੜੇ ਉਹ ਰੁਜ਼ਗਾਰ ਚਲਾ ਰਹੇ ਹੈ। ਠੀਕ ਹੈ, ਜੇ ਟੀਕਾਕਰਨ ਹੋ ਗਿਆ ਤਾਂ ਬੱਕਰਿਆਂ ਨੂੰ ਸੜਕਾਂ ਦੇ ਉੱਤੇ ਰੋੜਦਾ ਦਿਖਾ ਦੋ। ਬਿਨਾਂ ਫਿਰੂ ਦਾ ਚੇਲਾ ਸਦਾ ਫਿਰੂਗਾ ਵੇਲਾ। ਹਾਂਜੀ ਦੋਸਤੋ, ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਆ ਸਾਰੇ ਠੀਕ ਠਾਕ ਹੋ। ਅੱਜ ਆਪਾਂ ਖੜੇ ਹਾਂਗੇ ਲੌਂਗੋਵਾਲ ਬੱਕਰੀਆਂ ਦੀ ਮੰਡੀ ਦੇ ਵਿੱਚ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਰੰਧਾਵਾ ਗੋਟ ਫਾਰਮ ਦੇ ਵੱਲੋਂ ਲਗਾਤਾਰ ਮੈਨੂੰ ਲੱਗਦਾ ਹੋ ਗਏ 2 ਸਾਲ, ਹੈ ਨਾ ਬਾਈ ਜੀ? ਹਾਂ ਬਾਈ ਜੀ, ਹਾਂ ਲਗਾਤਾਰ 2 ਸਾਲ ਹੋ ਗਏ ਬੱਕਰੀ ਪਾਲਣ ਦੀ ਟ੍ਰੇਨਿੰਗ ਜਿਹੜੀ ਦਿੱਤੀ ਜਾ ਰਹੀ ਹੈਗੀ। 19 ਬੈਚ ਜਿਹੜੇ ਪੂਰੇ ਹੋ ਚੁੱਕੇ ਨੇ ਅਤੇ ਹੁਣ ਆਊਗਾ ਜੀ 20ਵਾਂ ਬੈਚ। ਪੁੱਛ ਦਿਆਂਗੇ ਕਿ ਆਪਾਂ ਵੀ ਉਹ ਬੈਚ ਕਿੱਦੇ ਅਤੇ ਕਿਹੜੀ ਤਰੀਕ ਨੂੰ ਹੋ ਰਿਹਾ ਹੈਗਾ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ ਨੇ ਜੀ? ਬਹੁਤ ਵਧੀਆ ਬਾਈ ਜੀ, ਚੜ੍ਹਦੀ ਕਲਾ। ਠੀਕ ਹੈ ਬਾਈ ਜੀ। ਬਾਈ ਜੀ, ਆਪਣਾ ਜਿਹੜਾ 20ਵਾਂ ਬੈਚ ਹੈਗਾ ਉਹ ਕਦੋਂ ਹੋ ਰਿਹਾ ਜੀ? 20ਵਾਂ ਬੈਚ ਬਾਈ ਜੀ ਆਪਣਾ 10ਵੇਂ ਮਹੀਨੇ ਦੀ 1 ਅਤੇ 2 ਤਰੀਕ ਦਾ ਹੋ ਰਿਹਾ। ਠੀਕ ਹੈ, ਯਾਨੀ ਕਿ 1 ਅਤੇ 2 ਅਕਤੂਬਰ ਦਾ। ਠੀਕ ਹੈ ਜੀ। ਹਾਂਜੀ ਹਾਂਜੀ। ਜਿਹੜੀ ਆਪਣੀ ਟ੍ਰੇਨਿੰਗ ਹੈ ਬਾਈ ਜੀ, ਉਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਕਵਰ ਹੁੰਦੀਆਂ ਨੇ? ਬਾਈ ਜੀ ਉਹਦੇ ਵਿੱਚ ਦੇਖੋ, ਬੱਕਰੀ ਪਾਲਣ ਜਿਵੇਂ ਆਪਣੇ ਨਾਲ ਰਾਜੂ ਬਾਈ ਵੀ ਖੜਾ ਹੈਗਾ, ਇਹ ਇੱਕ ਪ੍ਰਾਥਮਿਕ ਸਮੇਂ ਤੋਂ ਯਾਨੀ ਕਿ ਪੁਰਾਣੇ ਅੱਜ ਜਿਹੜੀ ਪੁਰਾਣੇ ਡਾਕਟਰ ਆ ਗਏ। ਠੀਕ ਹੈ। ਠੀਕ ਹੈ, ਜਿਹੜੀ ਹੁਣ ਨਵੀਂ ਤਰੀਕੇ ਦੇ ਨਾਲ ਬੱਕਰੀ ਪਾਲਣ ਟ੍ਰੇਨਿੰਗ ਹੁੰਦੀ ਹੈ ਜਾਂ ਬੱਕਰੀ ਪਾਲਣ ਹੁੰਦਾ, ਉਹ ਹੋਰ ਸਿਸਟਮ ਹੋ ਗਿਆ। ਠੀਕ ਹੈ, ਹਾਂ ਬਦਲ ਗਿਆ ਸਿਸਟਮ, ਚੱਲ ਇਸ ਤਰੀਕੇ ਨਾਲ ਵੀ ਰਿਹਾ ਅਤੇ ਚੱਲ ਜਿਹੜਾ ਨਵਾਂ ਤਰੀਕਾ ਫਾਰਮ ਵਾਲਾ ਉਸ ਤਰੀਕੇ ਨਾਲ ਵੀ, ਇਹ 2 ਤਰੀਕਿਆਂ 'ਚ ਬਦਲ ਚੁੱਕਿਆ ਜੀ ਫਾਰਮ। ਪਹਿਲਾਂ ਮੈਂ ਜਿਹੜੇ ਹਿਸਾਬ ਨਾਲ ਤੁਹਾਨੂੰ ਦੱਸਦਾ, ਫਿਰ ਤੁਹਾਨੂੰ ਰਾਜੂ ਬਾਈ ਦੱਸੂਗਾ ਵੀ ਪੁਰਾਣੇ ਸਮੇਂ 'ਚ ਕਿੱਦਾਂ। ਹੁਣ ਕੀ ਹੈ ਜੀ, ਮਤਲਬ ਕਿ ਵੀ ਜਦੋਂ ਜਿਹੜੇ ਕਿਸਾਨ ਭਰਾ ਨੇ, ਬੱਕਰੀ ਪਾਲਕ ਨੇ, ਉਹ ਫਾਰਮਾਂ ਦੇ ਵਿੱਚ ਬੱਕਰੀ ਨੂੰ ਰੱਖਦੇ ਆ, ਕਿਉਂਕਿ ਹਰੇਕ ਬੰਦਾ ਅੱਜ 2-2, 4-4 ਬਿਜ਼ਨਸ ਕਰ ਰਿਹਾ, ਕੋਈ ਦੁਕਾਨ ਕਰ ਰਿਹਾ, ਕੋਈ ਖੇਤੀਬਾੜੀ ਕਰ ਰਿਹਾ, ਕੋਈ ਨਾਲ ਨੌਕਰੀ ਕਰ ਰਿਹਾ, ਕੁਛ ਵੀ ਕਰ ਰਿਹਾ, ਤਾਂ ਉਹਦੇ ਨਾਲ ਬੱਕਰੀ ਪਾਲਣ ਧੰਦੇ ਦੇ ਵਿੱਚ ਇਹੀ ਖਾਸੀਅਤ ਹੈ, ਬੱਕਰੀ ਪਾਲਣ ਧੰਦਾ ਆਪਾਂ ਬਹੁਤ ਸਾਰੇ ਕੰਮਾਂ ਦੇ ਨਾਲ ਨਾਲ ਕਰ ਸਕਦੇ ਹਾਂ। ਠੀਕ ਹੈ ਜੀ। ਠੀਕ ਹੈ, ਇਸ ਲਈ ਇਹ ਜੋ ਜਿਹੜਾ ਰੱਖ ਰਖਾ ਹੈਗਾ ਉਹ ਟ੍ਰੇਨਿੰਗ ਦੇ ਵਿੱਚ ਬਹੁਤ ਜ਼ਰੂਰੀ ਹੈ, ਕਿਉਂਕਿ ਮੈਨੂੰ ਬਹੁਤ ਸਾਰੇ ਫਾਰਮਾਂ ਦੇ ਫੋਨ ਆਉਂਦੇ ਆ, ਬਹੁਤ ਸਾਰੇ ਫਾਰਮ ਉਰੇ ਆ ਕੇ ਮਿਲ ਕੇ ਜਾਂਦੇ ਆ ਵੀ ਬਾਈ ਜੀ ਬੱਕਰੀਆਂ। ਇੱਕ ਬਾਈ ਦਾ ਕੱਲ੍ਹ ਮੈਨੂੰ ਫੋਨ ਆਇਆ ਇੱਧਰੋਂ ਤਰਨ ਤਾਰਨ ਸਾਈਡ ਤੋਂ, ਕਹਿੰਦਾ ਬਾਈ ਜੀ ਮੇਰੇ ਕੋਲ 170 ਨਗ ਸੀ। ਅੱਛਾ ਜੀ। ਹਾਂ, 170 ਦੇ ਵਿੱਚੋਂ 70 ਨਗ ਮਰ ਗਏ, ਤਾਂ ਮਤਲਬ ਵੀ ਬਿਨਾਂ ਨੌਲੇਜ ਤੋਂ ਜਦੋਂ ਤੁਸੀਂ ਕੰਮ ਕਰੋਗੇ ਤਾਂ ਪ੍ਰੋਬਲਮ ਆਊਗੀ। ਤੁਸੀਂ ਟ੍ਰੇਨਿੰਗ ਲਏ ਤੋਂ ਬਿਨਾਂ ਕੰਮ ਨਾ ਕਰੋ, ਟ੍ਰੇਨਿੰਗ ਸਿੱਖੋ। ਅਸੀਂ ਇਹ ਨਹੀਂ ਕਹਿੰਦੇ ਵੀ ਰੰਧਾਵਾਲਿਆਂ ਤੋਂ ਟ੍ਰੇਨਿੰਗ ਲਓ, ਟ੍ਰੇਨਿੰਗ ਕਿਤੋਂ ਮਰਜ਼ੀ ਲਓ। ਦੇਖੋ ਗੱਲ 3,000-3,500 ਦੀ ਨਹੀਂ, ਗੱਲ ਇਹ ਹੈ ਵੀ ਜਦੋਂ ਤੁਸੀਂ ਆਪ ਕਰਕੇ ਫੇਲ ਹੋਵੋਗੇ, ਬਿਨਾਂ ਸਿੱਖੇ ਕਰਕੇ ਫੇਲ ਹੋਵੋਗੇ, ਤਾਂ ਤੁਸੀਂ ਉਸ ਤੋਂ ਬਾਅਦ 4 ਹੋਰ ਬੰਦਿਆਂ ਨੂੰ ਵੀ ਗਲਤ ਮੋਟੀਵੇਸ਼ਨ ਦਿਓਗੇ ਵੀ ਯਾਰ ਨਾ ਇਹ ਕੰਮ ਨਾ ਕਰਿਓ। ਠੀਕ ਹੈ ਜੀ। ਤਾਂ ਇਸ ਲਈ ਆਪ ਹੀ ਪਹਿਲਾਂ ਆਪਾਂ ਸਿੱਖ ਕੇ ਕਰੀਏ, ਤਾਂ ਦੂਸਰੇ ਜਿਹੜੇ ਨਵੇਂ ਉਤਸ਼ਾਹਿਤ ਨੇ ਮੁੰਡੇ ਕਰਨਾ ਚਾਹੁੰਦੇ ਆ, ਉਹਨਾਂ ਨੂੰ ਮੋਟੀਵੇਸ਼ਨ ਚੰਗੀ ਮਿਲੇ। ਠੀਕ ਹੈ। ਹਾਂਜੀ, ਆਪਣਾ ਜਿਹੜਾ ਹੁਣ ਬੈਚ ਹੈਗਾ ਕਿੱਦੇ ਆ ਜੀ? ਉਹ 1 ਅਤੇ 2 ਅਕਤੂਬਰ ਦਾ ਜੀ। 1 ਅਤੇ 2 ਅਕਤੂਬਰ। ਹਾਂ, ਕਿਸੇ ਵੀ ਵੀਰ ਨੇ ਉਹਦੇ ਵਿੱਚ ਭਾਗ ਲੈਣਾ, ਆਧਾਰ ਕਾਰਡ ਭੇਜ ਸਕਦਾ ਜੀ। ਠੀਕ ਹੈ ਜੀ। ਅਤੇ 500 ਰੁਪਇਆ ਗੂਗਲ ਪੇ ਕਰ ਸਕਦਾ ਜੀ। ਔਨਲਾਈਨ ਹੋ ਜੂ? ਔਨਲਾਈਨ ਹੋ ਜੂਗਾ ਜੀ। ਫੀਸ ਦਾ ਵੇਰਵਾ ਇਹ ਹੈ ਵੀ 3,500 ਰੁਪਇਆ ਜਿਹੜੇ ਇੱਥੇ ਸਟੇ ਕਰਨਗੇ। ਠੀਕ ਹੈ ਜੀ। ਅਪ ਡਾਊਨ ਦਾ 3,000 ਹੈ ਜੀ, ਜਿਹੜੇ ਰਿਹਾਇਸ਼ ਕਰਨਗੇ ਅਤੇ ਉਹਨਾਂ ਦਾ 3,500 ਆ। ਠੀਕ ਹੈ। ਖਾਣ ਪੀਣ ਤੋਂ ਲੈ ਕੇ ਰਹਿਣ ਦਾ, ਏਸੀ ਰੂਮ ਸਾਰਾ ਉਹ ਸਾਡੀ ਟੀਮ ਵੱਲੋਂ ਦਿੱਤਾ ਜਾਊਗਾ। ਠੀਕ ਹੈ। ਖਾਣਾ ਪੀਣਾ ਸਾਰਾ ਆਪਣਾ? ਖਾਣਾ ਪੀਣਾ ਆਪੇ ਦਿੱਤਾ ਜਾਊਗਾ ਜੀ, ਅਤੇ ਸਰਟੀਫਿਕੇਟ ਵੀ ਅਗਲੇ ਦਿਨ ਦਿੱਤਾ ਜਾਊਗਾ। ਦੱਸਾਂਗੇ ਕੀ ਆਪਾਂ ਟ੍ਰੇਨਿੰਗ ਦੇ ਵਿੱਚ, ਜਿਹਦੇ ਵਿੱਚ ਜੀ ਵੀ ਬੱਕਰੀਆਂ ਦੀ ਖਰੀਦਦਾਰੀ ਕਿੱਦਾਂ ਕਰਨੀ ਹੈ। ਠੀਕ ਹੈ ਜੀ। ਉਹਨੂੰ ਵੇਚਣਾ ਕਿੱਦਾਂ, ਉਹਨੂੰ ਖਰੀਦ ਵੀ ਲਿਆ, ਮਤਲਬ ਕਿ ਆਪਾਂ ਫਾਰਮ ਸ਼ੁਰੂ ਵੀ ਕਰ ਲਿਆ, ਤਾਂ ਉਹਦਾ ਪਾਲਣ ਪੋਸ਼ਣ ਕਿੱਦਾਂ ਕਰਨਾ ਹੈ, ਸਭ ਦੱਸਿਆ। ਹਾਂ, ਬਹੁਤ ਸਾਰੇ ਫਾਰਮ ਕਹਿੰਦੇ ਕੋਈ ਕੁੱਖ ਨਹੀਂ ਕੱਢਦੀ, ਕੋਈ ਚਿਚੜੀਆਂ ਲੱਗ ਗਈਆਂ, ਕੋਈ ਬੱਚੇ ਡੇਗ ਗਈ, ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਬੱਕਰੀ ਪਾਲਣ ਦੇ 'ਚ। ਜਦੋਂ ਤੁਸੀਂ ਸਿੱਖ ਕੇ ਕਰੋਗੇ ਮੈਡੀਕਲ ਲੈਣ ਅਤੇ ਮੈਨੇਜਮੈਂਟ, ਤਾਂ ਉਦੋਂ ਤੁਸੀਂ ਆਪਣੇ ਆਪ ਹੀ ਆਸਾਨੀ ਨਾਲ ਤੁਹਾਨੂੰ ਬੜਾ ਸੌਖਾ ਲੱਗੂ। ਇਸ ਤਰ੍ਹਾਂ ਦਾ ਸਿਸਟਮ ਦੱਸਾਂਗੇ ਵੀ 1 ਘੰਟਾ ਸਵੇਰੇ ਕੰਮ, 1 ਘੰਟਾ ਸ਼ਾਮ ਨੂੰ। ਠੀਕ ਹੈ ਜੀ। ਪਾਰਟ ਟਾਈਮ ਦੇ ਵਿੱਚ ਵੀ ਬੰਦਾ ਕਰ ਸਕਦਾ ਨਾ? ਤੁਸੀਂ ਬੱਕਰੀ ਪਾਲਣ ਕਰੋਗੇ ਜੀ? ਠੀਕ ਹੈ ਬਾਈ ਜੀ। ਹਾਂਜੀ ਹਾਂ, ਧੰਨਵਾਦ ਜੀ, ਧੰਨਵਾਦ। ਚਲੋ ਜੀ, ਆਪਾਂ ਹੁਣ ਗੱਲਬਾਤ ਕਰ ਦਿਆਂਗੇ ਰਾਜੂ ਬਾਈ ਦੇ ਨਾਲ। ਰਾਜੂ ਬਾਈ, ਆਪਾਂ ਨੂੰ ਕਿੰਨਾ ਕੁ ਟਾਈਮ ਹੋ ਗਿਆ ਕੰਮ ਕਰਦੇ ਨੂੰ? ਜ਼ਿੰਦਗੀ ਬੱਕਰੀਆਂ 'ਚ ਲੰਘ ਗਈ ਜੀ, ਮੈਂ ਤਾਂ ਜਿੱਦਾਂ ਦੀ ਸੁਰਤ ਸੰਭਲੀ ਹੈ ਮੇਰੀ, ਮੈਂ ਤਾਂ ਉੱਦਾਂ ਦੀਆਂ ਬੱਕਰੀਆਂ ਹੀ ਚਾਰੀਆਂ ਨੇ, ਹੋਰ ਕੰਮੇ ਨਹੀਂ ਕੋਈ ਕਰਿਆ ਜੀ। ਆਪਾਂ ਕਿੱਥੋਂ ਸਿੱਖਿਆ ਸੀਗਾ? ਮੈਂ ਤਾਂ ਜੀ ਮੇਰੇ ਬਾਪ ਮੇਰੇ ਦਾਦਾ ਚਾਰਿਆ ਕਰਦਾ ਪਿਆ।
फिर मेरे बाप ने मैं भेडा बिचारियां बकरियां बिचारियां उतो जिक गए। उदू बाद फिर मेरा बाप ने मैं अड करता, ठीक है जी, अड करता जी। 5-7 बकरियां मैनू देतियां, उन्हां चो 4 क मेरियां मर गईयां, 3 क रह गईयां। फिर मैं 3 क होर दा सधार मुल ले लियां, ठीक है जी। हां जी, फिर बकरियां मैंने 25-26 कर लियां हौली हौली। वाधा वाधा जी मैं तां उरे तक पहुंच गया, ठीक है। दो कुड़ियां ब्याहतियां। तजर्बा की रहा? तजर्बा जी उस समय च तां असी बकरी लिया करदे 120 नूं, ठीक है, 130 नूं, ठीक है जी। 120 दी इक बकरी मेमना बेचना 50 दा 60 दा हुण। फिर उदू बाद भा वध गया, मैं 300-300 नूं 3000 दे 10 मेमने लक्ष्मण कसाई नूं बेचे, ठीक है। मैं आख्या भी आहा हा बहुत पैसे बन गए आपां नूं। जिवें राजू भाई मतलब के पहलां जिवें चराई दे विच की मतलब के थोड़े वाली लाइन है जिहड़ी, उदों डाक्टरी लाइन दा कुछ है नहीं सी उदों तां जी। असी मेरी सुन लो गल, हां हुण ते पहलां च की उदों असी पाउंदे हुंदे बेरियां बड़बड़ बकरियां नूं, ठीक है जी। बेरियां खांदियां, झाड़ मले खांदियां, करीर खांदियां, ठीक है जी। जो करीर दी कुंबल थी ਉਹ ਕਰੀਰ ਦੀ ਕੁੰਬਲ ਦੇ ਨਾਲ ਅੰਦਰ ਬੈਠਦੇ, ਅੰਦਰ ਕੀੜੇ ਨਹੀਂ ਬਣਦੇ ਬੱਕਰੀ ਦੇ, ਕੀੜੇ ਨਹੀਂ ਬਣਦੇ ਉਹਦੇ ਚ, ਪਤਾ ਨਹੀਂ ਕੀ ਇਹੋ ਜਿਹਾ ਕੈਮੀਕਲ ਹੈ। ਹਾਂ ਠੀਕ ਆ। ਉਦੋਂ ਬਾਅਦ ਚੱਲ ਪਏ ਡਾਕਟਰੀ ਇਲਾਜ, ਡਾਕਟਰੀ ਇਲਾਜ ਤੇ ਡਾਕਟਰੀ ਇਲਾਜ ਵੀ ਸਹੀ ਨੇ, ਠੀਕ ਹੈ ਜੀ। ਸਮੇਂ ਦੇ ਨਾਲ ਡਾਕਟਰੀ ਇਲਾਜ ਬਦਲ ਗਏ, ਜੋ ਸਮਾਂ ਬਦਲ ਗਿਆ ਜ਼ਰੂਰੀ ਵੀ ਅੱਜ ਕੱਲ੍ਹ ਰੇਹਾਂ ਸਪਰੇਹਾਂ ਦੀਆਂ ਖੇਤੀਆਂ ਹੋ ਗਈਆਂ, ਰੇਹਾਂ ਸਪਰੇਹਾਂ ਦੇ ਦਰਖਤ ਹੋ ਗਏ, ਰੇਹਾਂ ਸਪਰੇਹਾਂ ਦੇ ਜਵਾਕ ਹੋ ਗਏ। ਹਾਂ ਜੀ, ਗੱਲ ਪੱਕੀ ਹੈ ਬਿਲਕੁਲ, ਕਿਉਂਕਿ ਅੱਜ ਕੱਲ ਨਸਲਾਂ ਬਦਲ ਗਈਆਂ, ਨਸਲ ਕਮਸਲ ਬਦਲ ਗਈ। ਕੋਈ ਕਹੀ ਜੀ ਨਸਲ ਦਾ ਬੰਦਾ, ਕੋਈ ਕਹੀ ਜੀ ਨਸਲ ਦਾ ਬੰਦਾ। ਹੁਣ ਯਾਨੀ ਕਿ ਵੀ ਮੱਝਾਂ ਗਾਈਆਂ ਦੇ ਵੀ ਟੀਕੇ ਲੱਗਣ ਲੱਗ ਗਏ, ਬੱਕਰੀਆਂ ਭੇਡਾਂ ਦੇ ਵੀ ਟੀਕਿਆਂ ਦੇ ਬੱਚੇ ਪੈਦਾ ਹੋਣ ਲੱਗ ਗਏ। ਬਿਲਕੁਲ, ਤਾਂ ਅਸੀਂ ਸਮੇਂ ਦੇ ਚੱਕਰ ਨੂੰ ਦੇਖ ਕੇ, ਸਾਡੀ ਪੁਰਾਣੀ ਜੋ ਜੱਡ ਬਲੈਨ ਡਾਕਟਰੀ ਸੀ ਉਹ ਤਾਂ ਗਈ ਚੱਕੀ, ਉਹ ਅਸੀਂ ਮਾੜੀ ਮਾੜੀ ਦੇਸੀ ਰੋਗ ਜਾਣਦੇ ਹਾਂ। ਜੋ ਕਿਸੇ ਮੇਰੇ ਭਾਈ ਨੇ ਹੁਣ ਨਵਾਂ ਫਾਰਮ ਕਰਨਾ, ਅਣ ਭੋਲੇ ਬੰਦੇ ਨੇ, ਚਾਹੇ ਪੜ੍ਹਿਆ ਲਿਖਿਆ ਬੰਦਾ ਆਪਦੀ ਜਾਣ 'ਚ, ਉਹ ਹੋਵੇ ਪੜ੍ਹਿਆ ਲਿਖਿਆ ਪਛਾਕਾ, ਉਹਦਾ ਦਿਮਾਗ ਉਹਦੇ ਨਾਲ ਹੈ, ਸਾਡਾ ਸਾਡੇ ਨਾਲ ਹੈ। ਪਰ ਮੈਂ ਇੱਕ ਕਹਿਣਾ ਮੇਰੇ ਭਾਈਆਂ ਨੂੰ ਵੀ ਕਿੰਨੀ ਤੂੰ ਪੜ੍ਹਿਆ ਲਿਖਿਆ, ਕਿੰਨੀ ਤੈਨੂੰ ਨੌਲੇਜ ਹੈ, ਤੂੰ ਇੱਕ ਕੰਮ ਕਰੀ, ਪੈਸੇ ਨਾ ਗਾਲੀ ਜ਼ਿਆਦਾ, ਪੈਸਾ ਬੜੀ ਮੁਸ਼ਕਲ ਬਣਦਾ, ਫਾਰਮ ਜੇ ਖੋਲੇਗਾ ਚਾਹੇ ਮੇਰੇ ਵਰਗੇ ਪਾਗਲ ਪਾਲੀ ਤੋਂ ਰਹਿ ਲਈ, ਚਾਹੇ ਕਿਸੇ ਚੰਗੇ ਡਾਕਟਰ ਤੋਂ ਰਹਿ ਲਈ, ਡਾਕਟਰ ਦੀ ਰਾਇ ਬਿਨਾ, ਮੰਡੀਆਂ ਦੀ ਜਾਏ ਬਿਨਾ, ਕਿਤੇ ਨੌਲੇਜ ਲਏ ਬਿਨਾ ਤੂੰ ਫਾਰਮ ਨਾ ਖੋਲੀ, ਫੇਲ ਹੋ ਜਾਏਗਾ, ਆਪਦੇ ਦਿਮਾਗ ਨਾਲ ਚੱਲੀ ਮਾੜਾ ਮੋਟਾ ਹਿਸਾਬ ਨਾਲ, ਸਾਰਿਆਂ ਲਵੇ ਮੰਡੀਆਂ 'ਚ ਜਾ, ਸਭ ਮੰਡੀਆਂ ਦਾ ਇੰਤਜ਼ਾਰ ਕਰ, ਸਭ ਦੀ ਸੁੱਖ ਮਨਾ, ਸਾਤੋ ਚਾਹੇ ਨੌਲੇਜ ਸਾਤੋ ਲੈ, ਚਾਹੇ ਜੀ ਤੋਂ ਮਰਜ਼ੀ ਲੈ, ਚਾਹੇ ਡਾਕਟਰਾਂ ਤੋਂ ਲੈ, ਅਸੀਂ ਤਾਂ ਇੱਕ ਦੱਸਣ ਵਾਲੇ ਹਾਂ ਕਿ ਗੁਰੂ ਏਕ ਵਿਦਿਆ ਨੇਕ, ਵਿਦਿਆ ਜੀ ਤੋਂ ਮਰਜ਼ੀ ਲਓ, ਤੁਸੀਂ ਬਿਨਾਂ ਮਤਲਬ ਪੰਗਾ ਨਾ ਲਿਓ, ਬਿਨਾਂ ਮਤਲਬ ਪੰਗਾ ਨਾ ਲਿਓ, ਜੇ ਪੰਗਾ ਲਓਗੇ ਆਪਦੀ ਸਿਹਤ ਤੇ ਲਿਓ, ਕੱਲ ਨੂੰ ਸਾਨੂੰ ਮੰਡੀਆਂ ਵਾਲਿਆਂ ਨੂੰ ਬਦਨਾਮ ਨਾ ਕਰਿਓ ਵੀ ਸਾਨੂੰ ਗਲਤ ਰਾਏ ਦੇ ਕੇ, ਰੰਧਾਵਾ ਫੀਡ ਵਾਲੇ ਨੇ ਉਹ ਸਾਨੂੰ ਗਲਤ ਰਾਇਆ ਦਿੰਦੇ ਨੇ, ਅਸੀਂ ਗਲਤ ਰਾਏ ਕਿਸੇ ਨੂੰ ਨਹੀਂ ਦਿੰਦੇ, ਅਸੀਂ ਐਂ ਕਹਿੰਦੇ ਹਾਂ ਜਿਹਦਾ ਰਾਂਝਾ ਰਾਜੀ ਹੈ ਤਾਂ ਬੱਕਰੀਆਂ ਦਾ ਫਾਰਮ ਕਰਿਓ, ਨਹੀਂ ਜਮਾਂ ਨਾ ਕਰਿਓ, ਜਮਾਂ ਨਾ ਕਰੋ, ਇਹਦੀ ਗੱਲ ਬਿਲਕੁਲ। ਬਾਕੀ ਰਾਜੂ ਬਾਈ ਨੇ ਇੱਕ ਗੱਲ ਵਿੱਚ ਦੀ ਕਹੀ ਵੀ ਬੱਕਰੀ ਪਾਲਣ ਨੂੰ ਦੇਖੋ ਟੀਕੇ ਦੇ ਵਿੱਚ ਲੈ ਆਏ, ਅਸੀਂ ਉਸ ਚੀਜ਼ ਦੇ ਸਾਰੇ ਬੱਕਰੀ ਪਾਲਕ ਖਿਲਾਫ ਹਾਂ, ਕਿਉਂਕਿ ਟੀਕਾਕਰਨ ਬੱਕਰੀ ਦੇ ਵਿੱਚ ਆ ਗਿਆ ਤਾਂ ਬੱਕਰੀ ਦਾ ਧੰਦਾ ਫੇਲ ਹੈ, ਫੇਲ ਹੋ ਜੂ। ਅੱਜ ਬਰੀਡਰਾਂ ਨੂੰ ਵੇਚ ਕੇ, ਬਰੀਡਰ ਦੇ ਬੱਚਿਆਂ ਨੂੰ ਵੇਚ ਕੇ ਕਿੰਨੇ ਬੱਕਰੀ ਪਾਲਕ ਹੈ ਜਿਹੜੇ ਉਹ ਰੁਜ਼ਗਾਰ ਚਲਾ ਰਹੇ, ਠੀਕ ਹੈ। ਜੇ ਟੀਕਾਕਰਨ ਹੋ ਗਿਆ ਤਾਂ ਬੱਕਰੀਆਂ ਨੂੰ ਸੜਕਾਂ ਦੇ ਉੱਤੇ ਰੋੜਦਾ ਦਿਖਾ ਦਿਓ ਤੁਹਾਨੂੰ, ਠੀਕ ਹੈ, ਬਸ ਇਹੀ ਬੇਨਤੀ ਹੈ। ਤਾਂ ਮੈਂ ਮੇਰੇ ਬਾਈਆਂ ਨੂੰ ਕਹਿਣਾ ਤੁਸੀਂ ਬੱਕਰੀਆਂ ਦਾ ਧੰਦਾ ਛੇੜੋ, ਨੌਲੇਜ ਲਓ, ਡਾਕਟਰੀ ਲਓ, ਸਭ ਤੋਂ ਡਾਕਟਰੀ ਬਿਨਾਂ ਤੁਸੀਂ ਫੇਲ ਹੋ ਜਾਓਗੇ, ਜੀ ਤੋਂ ਮਰਜ਼ੀ ਕੰਮ ਸਿੱਖੋ, ਸਹੀ ਗੱਲ, ਗੁਰੂ ਬਿਨਾਂ ਗਿਆਨ ਨਹੀਂ, ਬਿਨਾਂ ਗੁਰੂ ਦਾ ਚੇਲਾ ਸਦਾ ਫਿਰੂਗਾ ਵੇਲਾ, ਵੀ ਬਾਈ ਹਿਸਾਬ ਨਾਲ ਕੰਮ ਕਰੋ, ਹਿਸਾਬ ਨਾਲ ਬੱਕਰੀਆਂ ਖਰੀਦੋ, ਨਾ ਜ਼ਿਆਦਾ ਨਾ ਮਹਿੰਗੀਆਂ, ਨਾ ਵਾਲੀਆਂ ਸਸਤੀਆਂ, ਰੋਟੀ ਲਓ ਤੇ ਰੋਟੀ ਅਗਲੇ ਨੂੰ ਦਿਓ, ਜੇ ਵਪਾਰੀ ਮਰ ਗਿਆ ਤਾਂ ਅਸੀਂ ਮਰ ਗਏ, ਨਾ ਵਪਾਰੀ ਨੂੰ ਮਾਰੋ ਨਾ ਆਪ ਮਰੋ, ਸੱਪ ਵੀ ਮਰੇ ਸੋਟੀ ਵੀ ਰਹਿ ਜੇ, ਆਪਣੀਆਂ ਮੰਡੀਆਂ ਸਦਾ ਬਹਾਰ ਚੱਲਦੀਆਂ ਰਹਿਣ। ਧੰਨਵਾਦ ਸਾਰੀ ਪਬਲਿਕ ਦਾ ਜੋ ਲੌਂਗੋਵਾਲ ਮੰਡੀ ਦੇ ਵਿੱਚ ਪਹੁੰਚੀ ਹੈ, ਤੇ ਅਗਲੇ ਮਹੀਨੇ 30 ਤਰੀਕ 10ਵਾਂ ਮਹੀਨਾ ਅਸੀਂ ਬਹੁਤ ਮੇਲਾ ਕਰਾ ਰਹੇ ਹਾਂ ਰੰਧਾਵਾ ਆਪਣੇ ਮੰਡੀ ਦੇ ਵਿੱਚੋਂ ਲੌਂਗੋਵਾਲੀਆਂ ਚੋਂ, ਤੇ ਬਾਈ ਹੁਮਮ ਆ ਕੇ ਸਾਨੂੰ ਸਹਿਯੋਗ ਦਿਓ, ਥੋੜਾ ਕੋਈ ਬਹੁਤਾ ਆ ਕੇ ਮੇਲੇ ਦੀਆਂ ਰੌਣਕਾਂ ਵਧਾਓ, ਆਪੋ ਆਪਦੇ ਪਸ਼ੂਆਂ ਦੀਆਂ ਤਿਆਰੀਆਂ ਕਰਾਓ। ਵੈਰੀ ਗੁੱਡ, ਧੰਨਵਾਦ ਸਾਰਿਆਂ ਦਾ। ਬਾਈ ਜੀ ਦੇਖੋ ਬਹੁਤ ਸਾਰੀਆਂ ਗੱਲਾਂ ਰਾਜੂ ਬਾਈ ਨੇ ਕਹੀਆਂ,
देखो जो कोई दिल के गल्ला उठदियां ना वह मतलब कि रट्टिया नहीं होंदिया वो दिल चो निकलदिया होंदिया ने जो इन्होंने हंडाया वो इन्होंने सुनाया आपां नूं ठीक है। मकसद की हैगा राजू बाई का साड़ी टीम का सारे का यह कहण दगा भी बिना सिखे काम ना करो बकरी पालन की ट्रेनिंग लो जानकारी लो यानी कि गुरु त्यागो जेड़े नूं मर्जी त्यागो ठीक है मतलब कि बिना सिक्ख्या तो काम ना करो इसलिए तुहाडा धन्नवाद। 1 अते 2 अक्तूबर की बकरी पालन ट्रेनिंग है जिन्होंने एडजस्टमेंट करवानी है ज सीट बुक करवानी है तो वह फोन कर सकते जी ठीक है भाई जी ओके भाई धन्यवाद। लो भाई जी 1 अते 2 अक्तूबर ट्रेनिंग जी हो जा रही है अपनी अपनी सीट जल्दी जल्दी बुक कराओ तो ट्रेनिंग के बीच आओ धन्यवाद।